ਫਾਈਨੈਂਸ਼ੀਅਲੀ ਕੋਈ ਇੰਨੀ ਕੋਈ ਸਪੋਰਟ ਨਹੀਂ ਹੈ ਮਤਲਬ ਕਿ ਐ ਨਹੀਂ ਹੈ ਕਰਾ ਨਾ ਡੈਡੀ ਮੇਰੇ ਦਰਜੀ ਤਿੱਲੇਦਾਰ ਜੁੱਤੀ ਪੱਟੇ ਵਾਲਾ ਸ਼ਾਹੀ ਸੂਟ ਦੱਸ ਤਾਂ ਜਾ ਬਿੱਲੋ ਤੇਰਾ ਕਿਹੜਾ ਐ ਨਹੀਂ ਰੂਟ ਕਾਸ਼ ਨਹੀਂ ਜੀ ਅੱਖ ਤੇਰੀ ਕਜਲੇ ਨਾ ਪਰੀ ਕਾਸ਼ ਨਹੀਂ ਜੀ ਅੱਖ ਤੇਰੀ ਕਜਲੇ ਨਾ ਪਰੀ ਜਾਵੇ ਹੈ ਨਹੀਂ ਮਿੱਤਰਾਂ ਦਾ ਦਿਲ ਠੱਗਦੀ ਆ ਕੁੜੀ ਲੁੱਕ ਤੋਂ ਲੁੱਕ ਤੋਂ ਨਹੀਂ ਮਿਸ ਪੰਜਾਬਣ ਲੱਗਦੀ ਆਹ ਕੁੜੀ ਲੁੱਕ ਤੋਂ ਲੁੱਕ ਤੋਂ ਨਹੀਂ ਮਿਸ ਪੰਜਾਬਣ ਲੱਗਦੀ ਆਹ ਕੁੜੀ ਲੁੱਕ ਤੋਂ ਸਰ ਮੈਂ ਬਿਆਨ ਨਹੀਂ ਕਰ ਸਕਦਾ ਚੀਜ਼ ਕਿਉਂਕਿ ਹਰੇਕ ਬੰਦਾ ਸੋਚੀ ਸਕਦਾ ਹੈ ਕਿ ਆਸੇ ਇੱਕ ਮੀਡਲ ਕਲਾਸ ਹੈ ਨਾ ਲੈਕਿ ਕਦੇ ਸੋਚਿਆ ਨਹੀਂ ਹੁੰਨਾ ਕਿ ਯਾਰ ਇਹ ਜਈਆਂ ਚੀਜ਼ਾਂ ਟੀਵੀ ਜੋ ਲੈਦੀ ਦੇਖ ਹੈ ਨਾ ਐ ਸੋਚਣਾ ਕਿ ਯਾਰ ਟੀਵੀ ਚ ਗਾਣੇ ਆਵੇ ਟੀਵੀ ਚ ਬੰਦੇ ਆਵੇ ਹੈ ਨਾ ਇਹ ਜ ਇਹ ਕੋਈ ਲੱਗੇਗਾ ਦੁਨੀਆ ਹੁੰਦੀ ਹੈ ਲੱਗੇਗਾ ਲੋਕ ਹੁੰਦੇ ਨੇ ਲੇਕਿਨ ਬੱਲੇ 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 ਜੋ ਆਖਦੇ ਚਲਤ ਹੁੰਦੀ ਨੀ ਤੇ ਸੱਚੀ ਹੋਵੇ ਤੇ ਰੱਬ ਮੇਰ ਕਰਦਾ ਹੈ ਨਾ ਤੇ ਬਸ ਚਲ ਬੱਲੇ ਬੱਲੇ ਕਰਦੇ ਕਰਦੇ ਤੇ ਅੱਜ ਕਰਦੇ ਹਾਂ ਸੱਜ ਜੀ ਹੂੰ ਦੂਰ ਕਿਤੇ ਜਿੱਥੇ ਵਸਦੀਆਂ ਪਾੜੇ دور ਕਿਤੇ ਜਿੱਥੇ ਵਸਦੀ ਏ ਪਾੜੇ ਚੋਨਾ ਮੈਂ ਤੇਰਾ دیدار ਕਰਨਾ ਮੈਂ ਤੇ ਤੂੰ ਕੀ ਬਿਨਾਂ ਦੇਖੀਏਗੇ ਤੇਰੇ ਕੰਨੇ ਕਿੰਨਾ ਪਿਆਰ ਕਰਨਾ ਮੈਂ ਤੇ ਤੂੰ ਕੀ ਬਿਨਾਂ ਦੇਖੀਏਗੇ तेरे कन्ने किन्ना प्यार करना दूर कित है जिथे बसो सरकारी नौकरी अब पाना हुआ बेहद आसान क्योंकि इंडिया में सबसे अधिक सरकारी नौकरी में सिलेक्शन देने वाला इंस्टीट्यूट केडी कैंपस अब आपके शहर जम्मू में यहां दिल्ली से आए टॉप फैकल्टी से पढ़ाया जाएगा ताकि बच्चों का 100 प्रतिशत सिलेक्शन हो सके कम फीस में सबसे अच्छी शिक्षा देने वाला एकमात्र संस्थान ऑनलाइन एंड ऑफलाइन कोचिंग अवेलेबल फॉर एसएससी, बैंकिंग एसएससी एस जेई रेलवे जेके एस एस बी जेई जेके पी एस आई जेके पी आर आर बी जेई एन डी पटवारी जेके टीचर एंड मैनी नमस्कार मैं रंजना केडी कैंपस जम्मू इंस्टीट्यूट की है जम्मू एंड कश्मीर में अब के डी कैंपस आ चुका है कश्मीर के और जम्मू के स्टूडेंट्स के लिए बहुत अच्छी बात है कि के डी कैंपस यहाँ आया है टॉप मोस्ट फैकल्टीज यहाँ पढ़ाएंगी स्पेशल फोकस किया जाएगा सब स्टूडेंट्स पे ताकि आने वाली वैकेंसीज में सबका सिलेक्शन हो सके स्पेशल डिस्काउंट फॉर हैंडीकैप्ट एंड इकोनॉमिकल वीकर सेक्शन स्टूडेंट्स के डी कैंपस अपोजिट साइंस कॉलेज केनाल रोड जम्मू कॉल एट एट नाइन नाइन थ्री सिक्स टू थ्री फोर फोर एट एट नाइन नाइन थ्री एट टू थ्री फोर फोर ਨਮਸਕਾਰ ਆ ਰਾਮ ਆਜ ਮੈਂ ਅਜੇ ਡੋਗਰਾਉਂ ਦੇ ਕਨੇ ਮਲਾਟੀ ਕਰਨ ਆਇਆ ਤਾਂ ਤੇ ਅਜੇ ਡੋਗਰਾ ਔਰ ਅਖਨੂਰ ਠਾਤੀ ਦੇ ਰਹਿਣ ਨਾਲੇ ਔਰ ਇਹਦੇ ਦੋ ਬੜੇ ਅੱਛੇ ਗਾਣੇ ਆਇਨ ਜਿੰਦੀ ਬੜੀ ਅੱਛੀ ਇਸ ਲਈ ਵਿਅਰਸ਼ਿਪ ਵੀ ਹੈ ਪਹਿਲਾ ਮਿਸ ਪੰਜਾਬਨ ਜਿਹੜਾ ਕਿ ਟੀ ਸੀਰੀਜ਼ ਥਮਾ YouTube ਚੈਨਲ ਉੱਪਰ ਆਇਆ ਤੇ ਓਨ ਜਿਹੜਾ ਅੱਜ ਕੇ ਰਿਲੀਜ਼ ਹੋਇਆ ਉਹ ਹੈ ਹਾਫ ਮੈਂਟਲ ਇਹ ਵੀ ਗਾਣਾ ਅੱਛਾ ਹੈ ਤੇ ਰਿਸਪੌਂਸ ਬੜਾ ਅੱਛਾ ਮਿਲ ਰਿਹਾ ਹੈ ਔਰ ਬੜੀ ਅੱਛੀ ਗੱਲ ਇਹ ਹੈ ਕਿ ਇੰਨੇ ਵੱਡੇ ਬੈਨਰ ਦੇ ਅੰਦਰ ਕੰਮ ਕਰਨ ਦਾ ਮੌਕਾ ਮਿਲ ਰਿਹਾ ਤੇ ਅਜੇ ਡੋਗਰਾ ਔਰ ਉੰਦੀ ਬਾਜ ਬੜੀ ਅੱਛੀ ਹੈ ਤੇ ਅੱਜ ਜੇ ਕੇ ਮੀਡੀਆ ਦੇ ਮਾਧਿਅਮ ਕੰਨੇ ਆ ਸੁਣਦੇ ਕੰਨੇ ਗੱਲ ਵੀ ਕਰ ਗਏ ਤੇ ਜਿੰਨੇ ਵੀ ਲੋਕ ਅਖਨੂਰ ਦੇ ਥਾਤੀ ਦੇ ਦੇਖਾ ਦੇਣ ਉਹਨਾਂ ਕੀ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਭਈ ਅਜੇ ਡੋਗਰਾ ਔਰ ਜਿਹੜੇ ਇੰਨੇ ਅੱਛੇ ਅੱਛੇ ਗਾਣੇ ਗਾਦਨ ਇੰਨੇ ਵੱਡੇ ਵੱਡੇ YouTube ਚੈਨਲ ਉਪਰ ਆਦਨ ਉਹ ਸਾਡੇ ਜੰਮੂ ਦੇ ਘਰੋਂ ਨਾਲੇਣ ਅਜਾ ਜੀ ਬੜਾ ਬੜਾ ਸਵਾਗਤ ਹੈ ਅਜਾ ਜੀ ਤੁੰਦੇ ਫਾਦਰ ਸਾਹਿਬ ਇੱਕ ਟੇਲਰ ਦਾ ਕੰਮ ਕਰਦੇ ਔਰ ਤੁਸੀਂ ਅੱਜ ਇੰਨੇ ਵੱਡੇ ਵੱਡੇ ਪ੍ਰੋਜੈਕਟ ਕਰਾ ਦਿਓ ਕਿੰਨਾ ਗਰਵ ਮਹਿਸੂਸ ਹੋਦਾ ਹੈ ਤੇ ਫੈਮਿਲੀ ਦੀ ਕਿੰਨੀ ਸਪੋਰਟ ਹੈ ਸਦੀਪ ਸਾਰੇ ਕੋਲ ਪਹਿਲਾਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਸਪੋਰਟ ਕਰਦੇ ਨੇ ਸਦੀਪ ਕਰਦੇ ਹੈ ਨਾ ਤੇ ਡੈਡੀ ਵੀ ਸਪੋਰਟ ਕਰਦੇ ਨੇ ਸਾਰੇ ਤੇ ਬਹੁਤ ਮਤਲਬ ਕਿ ਪ੍ਰਾਊਡ ਕਰਦੇ ਨੇ ਸਾਰੀ ਫੈਮਿਲੀ ਜਿੰਨਾ ਵੀ ਆਪਣਾ ਇਲਾਕਾ ਹੈ ਸਾਰੇ ਜਿੰਨੇ ਵੀ ਜਾਣਦੇ ਨੇ ਹਰ ਇੱਕ ਬੰਦਾ ਮਿਲ ਕੇ ਕਰਦਾ ਸਪੋਰਟ ਕਰਦੇ ਸਾਹਿਬ ਜੀ ਇਹ ਜਰਨੀ ਦੇ ਬਾਰੇ ਥੋੜਾ ਦੱਸਗੇ ਕਿ ਇੱਕ ਅਖਨੂਰ ਥਾਤੀ ਦਾ ਮੋੜਾ ਔਰ ਇੰਨੇ ਵੱਡੇ ਵੱਡੇ ਪਲੇਟਫਾਰਮ ਤੱਕ ਪੁਜਣਾ ਹੋਇਆ ਕਿੰਦੀ ਸਪੋਰਟ ਰਹੀ ਤੇ ਅੱਜ ਇੱਥੇ ਤੁਹਾਡੇ ਜਿਹੜੇ ਪੁੱਜੇ ਦਿਓ ਤੁਸੀਂ ਕਿੰਨ ਲੋਕਾਂ ਦਾ ਅੱਜ ਤੁਹਾਡੇ ਪਿੱਛੇ ਯੋਗਦਾਨ ਹੈ ਸਰ ਜੀ ਹਰ ਇੱਕ ਬੰਦਾ ਜਿਹੜਾ ਕੋਈ ਇੱਕ ਡ੍ਰੀਮ ਇੱਕ ਸੁਪਨਾ ਦਿਖਦਾ ਹੈ ਨਾ ਤੇ ਹਰ ਇੱਕ ਬੰਦੇ ਦੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਯਾਰ ਮੈਂ ਉਹ ਚੀਜ਼ ਹਾਸਲ ਕਰਨੀ ਹੈ ਉਹ ਚੀਜ਼ ਮੈਨੂੰ ਕਰਨੀ ਕਿਉਂਕਿ ਮੇਰੀ ਫਾਈਨੈਂਸ਼ਲੀ ਕੋਈ ਇੰਨੀ ਕੋਈ سپورਟ ਨਹੀਂ ਹੈ ਮਤਲਬ ਕਿ ਐ ਨਹੀਂ ਆ ਕਰਨਾ ਡੈਡੀ ਮੇਰੇ ਦਰਜੀ ਨੇ ਤੇ ਇੰਨਾਂ ਕਰਦੇ ਕਰਦੇ ਮੇਰੇ ਇੱਕ ਭਰਾ ਨੇ ਸਾਹਿਲੌਰ ਤੇ ਇੱਕ ਭਰਾ ਮੇਰਾ ਅਜੇ ਤੇ ਔਰ ਇੱਕ ਸੰਤੂ ਐ ਇੱਕ ਅੰਕੁਸ਼ ਐ ਇਹ ਮਿਲਕੇ ਨੇ ਸਾਰੇ ਇੱਕ ਬਲਵੀਰ ਐ ਉਹ ਮੜਾ ਫੌਜੀ ਐ ਇੱਕ ਨਰੇਸ਼ ਨਰੇਸ਼ ਸੁਦਨ ਐ ਮਲੇਕ ਨੇ ਸਾਰੇ ਬੜੀ ਜ਼ਿਆਦਾ ਹੈਲਪ ਕੀਤੀ ਮੇਰੀ ਮਤਲਬ ਜੁੱਥਾ ਜੁੱਥਾ ਵੀ ਮੀਂ ਜਰੂਰਤ ਸੀ ਜਿਹੜੀ ਜਿਹੜੀ ਚੀਜ਼ਾਂ ਵੀ ਜ਼ਰੂਰਤ ਸੀ ਇਹਨੇ ਹਰ ਇੱਕ ਚੀਜ਼ ਮਤਲਬ ਕਿ ਮੀਂ ਪ੍ਰੋਵਾਈਡ ਕਰਾਈ ਜਿੰਨੀਆਂ ਜਿੰਨੀਆਂ ਵੀ ਇੰਨੀ ਬਹੁਤ ਜ਼ਿਆਦਾ ਹੈਲਪ ਕੀਤੀ ਇਹਨੇ ਮੇਰੀ ਔਰ ਮੇਰੀ ਜਿਹੜੀ ਸਟਰਗਲ ਹੈ ਕਮ ਸੇ ਕਮ ਵੀ ਕੋਈ ਮੈਂ 5 ਸਾਲ ਹੋਈ 8 ਤਿੰਨ ਸਾਲ ਜਲੰਧਰ ਗੁਰੂ ਜੀ ਹੋਮਪ੍ਰਕਾਸ਼ ਠਾਪਰ ਜੀ ਮੈਂ ਉਹਦੇ ਕੋਲ ਵੀ ਰਿਹਾ ਉਥੇ ਤੇ ਉਹਦੇ ਕੋਲ ਬਾਅਦ ਚ ਫਿਰ ਇਹ ਬਲੇ ਬਲੇ ਪ੍ਰੋਜੈਕਟ ਵਗੈਰਾ ਕਰਨੇ ਆ ਸ਼ੁਰੂ ਕੀਤੇ ਨੇ ਤੇ ਹੁਣ ਚਲੋ ਮਾਲਕ ਦੀ ਕਿਰਪਾ ਹੈ ਤੇ ਅੱਜ ਠੀਕ ਹੈ ਰਿਸਪੌਂਸ ਵੀ ਠੀਕ ਆਦਾ ਹੈ ਸਭ ਕੁਝ ਮਤਲਬ ਕਿ ਠੀਕ ਹੈ ਤੇ ਹੁਣ ਆਉਣ ਵਾਲੇ ਜਿਹੜੇ ਡੋਗਰੀ ਪ੍ਰੋਜੈਕਟ ਵੀ ਆਏ ਕੀਤੇ ਨੇ ਦੋ ਤਿੰਨ ਆਏ ਰੈਡੀ ਕਰੀਏ ਰੱਖੇ ਤੇ ਵੀਡੀਓ ਵਗੈਰਾ ਸਭ ਕੁਝ ਸ਼ੂਟ ਕਰੀਏ ਰੱਖੀ ਦੀਆਂ ਤੇ ਬੱਲੇ ਬੱਲੇ ਮਤਲਬ ਕਿ ਬਹੁਤ ਕੁਝ ਨਵਾਂ ਆਉਣ ਵਾਲਾ ਔਰ ਸਾਰੇ ਪਰ ਬੜੀ ਜ਼ਿਆਦਾ ਸਪੋਰਟ ਕਰਦੇ ਨੇ ਇਹ ਜਨੇਵੀਨ ਬੜਾ ਅੱਛਾ ਅਜੇ ਜੀ ਅਜੇ ਜੀ ਸਿੰਗਿੰਗ ਦੀ ਲਾਈਨਸ ਜਿਹੜੇ ਲੋਕ ਅੱਜ ਕੁਝ ਕਮਾ ਦੇਣ ਜਾਂ ਫਿਰ ਆਪਣੇ ਆਪ ਦੀ ਪ੍ਰਮੋਟ ਕਰਾ ਦੇਣ ਲੋਕ ਜਾਣ ਦੇਣ ਬਾਕੀ ਜਿਹੜੇ ਮੁੰਡੇ ਨਾ ਸਾਡੇ ਯੰਗਸਟਰ ਉਹ ਵੀ ਸੋਚਦੇ ਨੇ ਕਿ ਬਈ ਅਸ ਵੀ ਤੁੰਦੇ ਅੰਗਰ ਵੱਡੇ ਵੱਡੇ YouTube ਚੈਨਲ ਉੱਪਰ ਤੁਹਾਡਾ ਹੁੰਦਾ ਵੀ ਗਾਣਾ ਆਏ। ਤੁਸਕੇ ਉਹਨਾਂ ਦੇ ਲਈ ਇੱਕ ਮੈਸੇਜ ਹੈਗੇ ਕੋਈ ਕੋਈ ਐਸਾ ਮੈਸੇਜ ਕਿ ਉਹ ਕਿਸ ਤਰ੍ਹਾਂ ਕੰਮ ਕਰਨ ਕਿੰਨੀ ਮਿਹਨਤ ਕਰਨ ਦੀ ਜ਼ਰੂਰਤ ਹੈ ਇਸ ਫੀਲਡ 'ਚ। ਸਰ ਜੀ ਗੱਲ ਇਹ ਹੈ ਕਿ ਸਭ ਤੋਂ ਜਿਹੜੀ ਵੱਡੀ ਗੱਲ ਹੈ ਨਾ ਟੈਲੈਂਟ ਹਰ ਬੰਦੇ ਅੰਦਰ ਹੁੰਦਾ ਲੇਕਿਨ ਉਹਨੇ ਵਿਚਾਰਿਆਂ ਪਤਾ ਨਹੀਂ ਹੁੰਦਾ। ਠੀਕ ਹੈ। ਕਈ ਲੋਕ ਕੰਪਨੀ ਦੇ ਨਾਂ ਪਰ ਬੈਠੇ ਦੇ ਫਰਾਡ ਕਰਨੇ ਵਾਲੇ ਠੀਕ ਹੈ ਮੈਂ ਤੇਰਾ ਉਥਾ ਕੰਮ ਕਰਾਈ ਨਾ ਮੈਂ ਇਹ ਕਰਾਈ ਨਾ ਇਹ ਕਰਾਈ ਨਾ ਬਟ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਹੈ ਨਾ ਲਾਇਲ ਬੰਦਾ ਲਵਦਾ ਨਹੀਂ ਕੋਤਵੀ ਠੀਕ ਹੈ ਉਹਦੇ ਵਿੱਚ ਇਹ ਗੱਲ ਹੈ ਕਿ ਅਗਰ ਜੀਆਂ ਕੰਪਨੀ ਦਾ ਕੋਈ ਐਡਰੈਸ ਹੈ ਠੀਕ ਹੈ ਸਭ ਤੋਂ ਫੋਨ ਨੰਬਰ ਉੱਪਰ ਪਹਿਲਾਂ ਤੁਸੀਂ ਨਹੀਂ ਕਰੋ ਅਗਰ ਕੋਈ ਕੰਪਨੀ ਦਾ ਐਡਰੈਸ ਹੈ ਤਾਂ ਉਹ ਉੱਥੇ ਜੀ ਹੁੰਦਾ ਦਰਵਾਜ਼ਾ ਖੜਕਟਾਈ ਸਕਦੇ ਹੋ ਤੇ ਉੱਥੇ ਜੀ ਆਪਣਾ ਕੰਟੈਂਟ ਹੁੰਦਾ ਸੀ ਸਕਦੇ ਹੋ ਠੀਕ ਹੈ ਅਗਰ ਉਹਨੇ ਦੀ ਤੁੰਦਾ ਬਕਾਇਦਾ ਕੰਟੈਂਟ ਤੁੰਦਾ ਸਹੀ ਲੱਗਦਾ ਕੰਟੈਂਟ ਸਹੀ ਲੱਗਦਾ ਹੈ ਉਹ ਤੁਸੀਂ ਪ੍ਰੋਡਿਊਸ ਵੀ ਕਰ ਗਨ ਤੂੰ ਤੇ ਇੱਕ ਐਗਰੀਮੈਂਟ ਵੀ ਕਰ ਗਨ ਹਰ ਇੱਕ ਚੀਜ਼ ਕਰ ਗਨ ਕਿਉਂਕਿ ਤੁੰਦੇ ਕੰਟੈਂਟ ਵਿੱਚ ਦਮ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਇਹ ਆ ਇਹ ਅਗਰ ਤੁੰਦਾ ਕੰਟੈਂਟ ਸਹੀ ਨਹੀਂ ਹੈ ਜਾਂ ਜੋ ਵੀ ਕਿਉਂਕਿ ਦੇਖੋ ਨਾ ਉਹ ਆ ਰਹੇ ਹੋਏ ਕਿਹੜੇ ਕੋੜੇ ਉੱਪਰ ਲੋਕ ਪੈਸਾ ਲਾਂਦੇ ਨੇ ਜਿਹਦੇ ਕੋਲ ਉਮੀਦ ਪਈ ਨੇ ਜਿੰਨਾ ਹੈ ਨਾ ਤੇ ਇੰਆ ਜਿਹੜਾ ਕੋਈ ਲੰਗੜਾ ਕੋੜਾ ਉਹਦੇ ਉੱਪਰ ਕੋਈ ਵੀ ਨਹੀਂ ਲਾਂਦਾ ਗੱਲ ਵਿੱਚ ਇਹ ਆ ਕਿ ਅਗਰ ਤੁਹਾਡੇ ਕੰਟੈਂਟ ਵਿੱਚ ਆਦਾ ਮੈਂ ਤੇ ਹਰ ਇੱਕ ਬੰਦਾ ਤੁਹਾਨੂੰ ਸਪੋਰਟ ਕਰੇਗਾ ਥੋੜਾ ਮਿਸ ਪੰਜਾਬਨ ਗਾਣਾ ਮੇਗੀ ਬੜਾ ਪਸੰਦ ਆਇਆ ਔਰ ਮੈਂ ਦੇਖਦਾ ਆ ਕਿ ਪੰਜ 6 ਦਿਨਾਂ ਚ ਲੱਖਾਂ ਵਿਊ ਆਏ ਉਸ ਗਾਣੇ ਉਪਰ ਬੜਾ ਲੋਕ ਪਸੰਦ ਵੀ ਕਰਾ ਦੇ ਕੋਈ ਦੋ ਲਾਈਨਾਂ ਸੁਣਾ ਕੇ ਔਰ ਫਿਰ ਮੈਂ ਡੋਗਰੀ ਚ ਵੀ ਸੁਣਨਾ ਹੈ ਕੁਝ ਠੀਕ ਹੈ ਠੀਕ ਕਿਉਂਕਿ ਅੱਜ ਤੁਹਾਡੇ ਖਨੂਰ ਲਾ ਕੇ ਆਇਆ ਤਾਂ ਖਨੂਰ ਦੇ ਲੋਕੇ ਸੁਣਨਾ ਤੇ ਬਣਾ ਰਹੇ ਕਿ ਪੰਜਾਬੀ ਤੇ ਚਲੋ ਠੀਕ ਹੈ ਲੇਕਿਨ ਡੋਗਰੀ ਚ ਤੇ ਗਾਣਾ ਹੋਣਾ ਚਾਹੀਦਾ ਹੈ ਜੀ ਬਿਲਕੁਲ ਤਿੱਲੇਦਾਰ ਜੁੱਤੀ ਪਟੇਵਾਲਾ ਸ਼ਾਹੀ ਸੂਟ ਦੱਸ ਤੂੰ ਜਬਿਲੋ ਤੇਰਾ ਕਿਹੜਾ ਐ ਨੀ ਰੂਟ ਕਾਸ਼ ਨੀ ਜੀ ਅੱਖ ਤੇਰੀ ਕਜਲੇ ਨਾ ਪਰੀ ਕਾਸ਼ ਨੀ ਜੀ ਅੱਖ ਤੇਰੀ ਕਜਲੇ ਨਾ ਪਰੀ ਜਾਵੇ ਹੈਨੀ ਮਿੱਤਰਾਂ ਦਾ ਦਿਲ ਠੱਗਦੀ ਆ ਕੁੜੀ ਲੁੱਕ ਤੋਂ ਲੁੱਕ ਤੋਂ ਨੀ ਮਿਸ ਪੰਜਾਬਣ ਲੱਗਦੀ ਆ ਕੁੜੀ ਲੁੱਕ ਤੋਂ ਲੁੱਕ ਤੋਂ ਨੀ ਮਿਸ ਪੰਜਾਬਣ ਲੱਗਦੀ ਆ ਕੁੜੀ ਲੁੱਕ ਤੋਂ ਬਹੁਤ ਵਧੀਆ ਬਹੁਤ ਵਧੀਆ ਅੱਛਾ ਅੱਛਾ ਜੀ ਤੁਸੀਂ ਗਾਣੇ ਲਿਖਦੇ ਵੀ ਆਪੇ ਇਹ ਜਿਹੜਾ ਗਾਣਾ ਤੁਸੀਂ ਗਾਇਆ ਆਪੇ ਲਿਖਿਆ ਹਾਂ ਜੀ ਹਾਂਜੀ ਸਰ ਜੀ ਮੈਂ ਆਪੇ ਕਿ ਲਿਖਦਾ ਅੱਛਾ ਹਾਂਜੀ ਹਾਂਜੀ ਮੈਂ ਕੋਈ ਉਹਨੂੰ 10 ਸਾਲ ਲਈ ਜਿਹਾ ਲਿਖ ਦੇ ਅੱਛਾ ਹਾਂਜੀ ਵੈਰੀ ਗੁੱਡ ਬੜਾ ਅੱਛਾ ਜੀ ਔਰ ਫਾਦਰ ਸਾਹਿਬ ਕਿੰਨੇ ਖੁਸ਼ ਹੁੰਦਨ ਕਿ ਚਲੋ ਜੀ ਦਰਜੀ ਦਾ ਕੰਮ ਕਰਦੇ ਨੇ ਲੇਕਿਨ ਅੱਜ ਬੇਟਾ ਉਹਦਾ ਇੱਕ ਅੱਛਾ ਨਾਕ ਮਾਰਿਆ ਕਿੰਨਾ ਫਾਦਰ ਸਾਹਿਬ ਦੀ ਖੁਸ਼ੀ ਹੁੰਦੀ ਹੈ ਬਹੁਤ ਸਰ ਮੈਂ ਬਿਆਨ ਨਹੀਂ ਕਰ ਸਕਦਾ ਚੀਜ਼ ਕਿਉਂਕਿ ਹਰੇਕ ਬੰਦਾ ਸੋਚੀ ਸਕਦਾ ਹੈ ਕਿ ਆਸੇ ਇੱਕ ਮੀਡਲ ਕਲਾਸ ਹੈ ਨਾ ਲੈਕਿ ਕਦੇ ਸੋਚਿਆ ਵੀ ਨਹੀਂ ਹੁੰਨਾ ਕਿ ਯਾਰ ਇਹ ਜਈਆਂ ਚੀਜ਼ਾਂ ਟੀਵੀ 'ਚ ਜਿਹੜੀ ਦੇਖਿਆ ਨਾ ਐ ਸੋਚਣਾ ਕਿ ਯਾਰ ਟੀਵੀ 'ਚ ਗਾਣੇ ਆਵੇ ਟੀਵੀ 'ਚ ਬੰਦੇ ਆਵੇ ਹੈ ਨਾ ਇਹ ਜੇ ਕੋਈ ਲੱਗ ਗਿਆ ਦੁਨੀਆ ਹੁੰਦੀ ਹੈ ਲੱਗ ਗਿਆ ਲੋਕ ਹੁੰਦੇ ਨੇ ਲੇਕਿਨ ਬੱਲੇ 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 ਜੋ ਆਖਦੇ ਨੇ ਚਲ ਤੂੰ ਦੀ ਨੀਤ ਸੱਚੀ ਹੋਵੇ ਤੇ ਰੱਬ ਮੇਰ ਕਰਦਾ ਹੈ ਨਾ ਤੇ ਬਸ ਚਲ ਬੱਲੇ ਬੱਲੇ ਕਰਦੇ ਕਰਦੇ ਤੇ ਅੱਜ ਕਰਾਦੇ ਹਾਂ ਸੱਜੀ ਬੜਾ ਅੱਛਾ ਦੋ ਗਰੀਜ ਕੁਸ ਸੁਣਾਗੇ ਹਾਂਜੀ ਸੱਜੀ ਬਿਲਕੁਲ ਇਹ ਮੇਰਾ ਗਾਣਾ ਆਣਿਆ ਵਾਲਾ ਸੱਜੀ ਹੁਣ ਇਹ ਆਹੇ ਸ਼ੂਟ ਵਗੈਰਾ ਕਰੀਆ ਰੱਖਿਆ ਤੇ ਥੋੜੀ ਦਿਨਾਂ ਚਾਹੀ ਕਰੀ ਨੇ ਹਾਂ ਹੰ ਦੂਰ ਕਿਤੇ ਜਿੱਥੇ ਵਸਦੀ ਐ ਪਾੜੇ ਦੂਰ ਕਿਤੇ ਜਿੱਥੇ ਵਸਦੀ ਐ ਪਾੜੇ ਚੋਨਾ ਮੈਂ ਤੇਰਾ دیدار ਕਰਨਾ ਮੈਂ ਤੇ ਤੂੰ ਕੀ ਬਿਨਾਂ ਦੇਖੀ ਆਗੇ ਤੇਰੇ ਕੰਨੇ ਕਿੰਨਾ ਪਿਆਰ ਕਰਨਾ ਮੈਂ ਤੇ ਤੂੰ ਕੀ ਬਿਨਾਂ ਦੇਖੀਏ ਗਏ ਤੇਰੇ ਕੰਨੇ ਕਿੰਨਾ ਪਿਆਰ ਕਰਨਾ ਦੂਰ ਕਿਤੇ ਜਿੱਥੇ ਵਸਦੀਏ ਪਾੜੇ ਚੋ ਹੋ ਸਾਰੇ ਗਾਣੇ ਵਾਲਿਆ ਕੀ ਬਾਤ ਹੈ ਹਾਂਜੀ ਬੜੀ ਬੜੀ ਮੁਬਾਰਕ ਹੈ ਤੇ ਮੈਂ ਆਪਣੀ ਤਰਫੋਂ ਸ਼ੁਭਕਾਮਨਾ ਦੇਣਾ ਅਖਨੂਰ ਲਾਕੇ ਜਿਸਲੇ ਵੀ ਗੱਲ ਹੁੰਦੀ ਹੈ ਨਾ ਸਾਡਾ ਇੱਥੇ ਜੀਆ ਪੋਤਾ ਗਾਠ ਹੈ ਚਨਾਬ ਦਰਿਆ ਵਗਦਾ ਹੈ ਤੇ ਲੋਕਾਂ ਉਪਰ ਆਸ਼ੀਰਵਾਦ ਵੀ ਹੈ ਔਰ ਸਾਹਮਣੇ ਮਾਤਾ ਰਾਣੀ ਦੀ ਦਰਬਾਰ ਵੀ ਨਜ਼ਰ ਆਂਦਾ ਹੈ ਇਸ ਲਈ ਇੱਥੇ ਦੇ ਲੋਕਾਂ ਉਪਰ ਵੀ ਬੜਾ ਆਸ਼ੀਰਵਾਦ ਹੈ ਅਜੇ ਜੀ ਤੁਸੀਂ ਇਆਂ ਕੇ ਤਰੱਕੀ ਕਰਦੇ ਰਹੋ ਸਾਡੀ ਤੁਹਾਡੇ ਕੰਨੇ ਬਲੇਸਿੰਗਸ ਹਨ ਤੇ ਅਸ ਪ੍ਰਤੀ ਤੁਹਾਡਾ ਇੰਟਰਵਿਊ ਕਰਕੇ ਤੇ ਬੜਾ ਬੜਾ ਸ਼ੁਕਰੀਆ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਥੈਂਕ ਯੂ ਅਜੇ ਡੋਗਰਾ ਔਰ ਸਾਡੇ ਕੰਨੇ ਗੱਲਬਾਤ ਕਰਾ ਦੇ ਤੇ ਇਹ ਅਖਨੂਰ ਥਾਤੀ ਦੇ ਰੋਣ ਵਾਲੇ ਅੱਜ ਅਗਰ 3 ਸੀਰੀਜ਼ ਉਪਰਿੰਦਾ ਗਾਣਾ ਆਦਾ ਜਾਂ ਵੱਡੇ ਵੱਡੇ ਪਲੇਟਫਾਰਮ ਉਪਰ ਗਾਣਾ ਆਦਾ ਤੇ ਸਾਡੇ ਲਈ ਫਕਰ ਦੀ ਗੱਲ ਹੈ ਇਹ ਸਾਡੇ ਡੋਗਰੇ ਲਈ ਫਕਰ ਦੀ ਗੱਲ ਹੈ ਬੜੇ ਸਾਰੇ ਲੋਕ ਨਾ ਸੜਦੇ ਨਿਕ ਦੂਏ ਕਰਨੇ ਮੈਂ ਹਰ ਬਾਰੀ ਇਹ ਮੈਸੇਜ ਦਿਨੋ ਨਾ ਸੜੋ ਨਹੀਂ ਆਪਣੇ ਮੁੜੇਗੀ ਤੁਸੀਂ ਨਾ ਹੋ ਸਕਦਾ ਪ੍ਰਮੋਟ ਕਰੋ ਇਹ ਸਾਡੀ ਯੂਨਿਟੀ ਹੈ ਤਾਂਗੇ ਸਾਹਮਣੇ ਆਣੀ ਹੈ ਜਿਸ ਲਈ ਅਸ ਡੋਗਰੇ ਗੀ ਸਪੋਰਟ ਕਰਕੇ ਚਾਹੇ ਉਹ ਅਜੇ ਹੋ ਰਹੇ ਚਾਹੇ ਕੋਈ ਵੀ ਡੋਗਰਾ ਸਿੰਗਰ ਹੈ ਸਪੋਰਟ ਕਰੋ ਇੱਕ ਦੂਏ ਦੀ ਇੱਕ ਕਮੈਂਟ ਇੱਕ ਲਾਈਕ ਤੇ ਇੱਕ ਸ਼ੇਅਰ ਦਾ ਕੋਈ ਪੈਸਾ ਨਹੀਂ ਲੱਗਦਾ ਬਸ ਤੁੰਦੇ ਵਜੇ ਕਰਨੇ ਉਹ ਉਹਦਾ ਮੋਰਲ ਬੜਾ ਵੱਡਾ ਹੈ ਤੇ ਮੇਰੇ ਪਾਸਿਆਂ ਅਜੇ ਹੁੰਦੇ ਫਾਦਰ ਸਾਹਿਬ ਜਿਹੜਾ ਇੱਕ ਟੇਲਰ ਦਾ ਕੰਮ ਕਰਦੇ ਉਹਨੇ ਕੀ ਮਤੀ ਮਤੀ ਮੁਬਾਰਕਾ ਤੁਸੀਂ ਲੋਕ ਦੇਖਦੇ ਰਹੋ ਜੇ ਕੇ ਮੀਡੀਆ ਧੰਨਵਾਦ ਰਾਮ